ਲੱਖ ਰੁਪਇਆ ਵਧੀਆ ਹਾਰ ਬਣਾਈਏ। ਭਾਈ ਅਸੀਂ ਇਹ ਕਾਲੇ ਕਾਨੂੰਨ ਜਿਹੜੇ ਮੋਦੀ ਨੇ ਕੱਢੇ ਇਹਦੇ ਬਿਲਕੁਲ ਖਿਲਾਫ਼ ਹੈ ਜੀ। ਸਾਡੀ ਆਪਣੀਆਂ ਖੁਦ ਦੀਆਂ ਗੱਡੀਆਂ ਜੀ, ਡਰਾਈਵਰ ਹੈ ਜੀ ਸਾਰੇ ਲੋਕ। ਇਹ ਜਿਹੜੀ 10 ਲੱਖ ਰੁਪਇਆ ਅਤੇ 10 ਸਾਲ ਦੀ ਸਜ਼ਾ ਜੀ, ਇਹਦਾ ਕੌਣ ਜ਼ਿੰਮੇਵਾਰ ਹੈ ਜੀ? ਡਰਾਈਵਰ ਦੀ 5 ਤੋਂ 6 ਹਜ਼ਾਰ ਤਾਂ ਤਨਖਾਹ ਹੈ ਜੀ, ਡਰਾਈਵਰ ਬੰਦਾ ਕਿੱਥੇ ਤੋਂ ਕੋਈ ਦੇ ਦੂੰਗਾ ਜੀ? ਅੱਜ ਜਾਈਏ ਅਸੀਂ ਡਰਾਈਵਰਾਂ ਨੂੰ ਹਾਰ ਪਾ ਕੇ ਅਹਿਸਾਸ ਕਰਾ ਰਹੇ ਜੀ ਵੀ ਹਾਲੇ ਵੀ ਰੋਕ ਲਓ, ਮੌਕਾ ਹੈ ਰੋਕ ਲਓ, ਮੁੜ ਕੇ ਤੁਹਾਡੀ ਕੋਈ ਸੁਣਵਾਈ ਨਹੀਂ ਹੋਣੀ, ਚੱਕ ਚੱਕ ਕੇ ਜੇਲ੍ਹਾਂ 'ਚ ਪਾਉਣੇ ਤੁਹਾਨੂੰ। ਮੈਂ ਭਾਈ ਹੱਕ ਜਾ, ਮੈਂ ਕੱਲ ਦੀ ਗੱਡੀ ਭਰੀ, ਮੈਨੂੰ ਮਜਬੂਰੀ ਜਾਣਾ ਪੈ ਗਿਆ, ਨਹੀਂ ਤਾਂ ਮੈਂ ਨਹੀਂ ਜਾਂਦਾ। ਮੈਂ ਹੱਕ ਸਾਰੇ ਨੂੰ ਪਜਾ ਦੇਣਾ, ਥੋੜੇ ਮਜਬੂਰ ਹੋਈ ਤੁਹਾਡੀਆਂ ਗੱਡੀਆਂ ਰੁਕ ਗਈਆਂ ਭਾਈ, ਸਾਰਾ ਕੁਝ ਭਾਜੀ। ਅਸੀਂ ਡਰਾਈਵਰ ਡਿਪਾਰਟਮੈਂਟ 'ਤੇ ਜਿਹੜਾ ਰੂਲ ਲਾਗੂ ਕਰਨ ਨੂੰ ਗੌਰਮੈਂਟ ਫਿਰਦੀ ਹੈ, ਉਹਦੇ ਬਰਖਿਲਾਫ 'ਚ ਪਬਲਿਕ ਨੂੰ ਰੋਕ ਕੇ ਉਹਨਾਂ ਟਰੱਕ ਡਰਾਈਵਰਾਂ ਨੂੰ ਚੈਲੇਂਜ ਕਰ ਰਹੇ ਹਾਂ ਭਾਈ, ਅੱਗੇ ਤੋਂ ਗੱਡੀਆਂ ਖੜੀਆਂ ਕਰੋ ਤਾਂ ਜੋ ਸਰਕਾਰ ਨੂੰ ਪਤਾ ਲੱਗ ਸਕੇ ਭਾਈ ਇਹ ਡਰਾਈਵਰ ਦੇ ਕਾਨੂੰਨ ਬਰਖਿਲਾਫ ਹੈ।